ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਰੰਗੀਲਾ ਜੀ ਦੇ ਯਾਰ ਜਿਹੜੇ ਨੇ ਉਹ ਵੀ ਰੰਗੀਲੇ ਦੇ ਨਾਲ ਵਫਾ ਜਿਹੜੀ ਹੈ ਨਾ ਉਹ ਕਰਦੇ ਨਜ਼ਰ ਨਹੀਂ ਪੈਂ ਹੁੰਦੇ ਯਕੀਨ ਕਰੋ ਕਿ بڑے بڑے ਕਰੀਬੀ ਲੋਕ ਜਿਹੜੇ ਨੇ ਉਹ ਹੁਣ ਰੰਗੀਲੇ ਦੀਆਂ ਸਟੋਰੀਆਂ ਰੰਗੀਲੇ ਦੀ ਕਰਪਸ਼ਨ ਰੰਗੀਲੇ ਦੇ ਸਕੈਂਡਲ ਲੈ ਕੇ ਸਾਡੇ ਵਰਗੇ ਚੈਨਲ ਤੱਕ ਪਹੁੰਚਦੇ ਨੇ ਬੜੇ ਬੜੇ ਵੱਡੇ ਲੋਕ ਕਹਿੰਦੇ ਨੇ ਕਿ ਛੱਟਾ ਸਾਹਿਬ ਐ ਵੀ ਜੇ ਐ ਵੀ ਜੇ ਐ ਫੜੋ ਸਕੈਂਡਲ ਰੰਗੀਲੇ ਦਾ ਇੰਜ ਪਿਆੰਦਾ ਹੈ ਬਈ ਜਿਵੇਂ ਤੁਸੀਂ ਕਿੰਨਾ ਯਕੀਨ ਕਰੋ ਬਈ ਜਿਵੇਂ ਤੁਸੀਂ ਉਹ ਡੈਮੋਆਂ ਦੀ ਖੱਖਰ ਨੂੰ ਵਟਾ ਮਾਰਦੇ ਹੋ ਨਾ ਤੇ ਡੈਮੋ ਜਿਵੇਂ ਤੁਹਾਡੇ ਤੇ ਆਂਦੇ ਨੇ ਇੰਜ ਉਹ ਰੰਗੀਲੇ ਦੇ ਸਕੈਂਡਲ ਜਿਹੜੇ ਨੇ ਇਹ ਨਿਕਲਦੇ ਨੇ ਪਾ ਔਰ ਜਿਹੜੇ ਸੱਜਣ ਸਾਥੀ ਨੇ ਉਹ ਸਕੈਂਡਲ ਕੱਢ ਕੱਢ ਕੇ ਤੇ ਲੋਕਾਂ ਨੂੰ ਜਿਹੜਾ ਉਹ ਦੇਈ ਜਾਂਦੇ ਨੇ ਵੰਡੀ ਜਾਂਦੇ ਨੇ ਜਿਵੇਂ ਰਿਓੜੀਆਂ ਮੰਡੀ ਦੀਆਂ ਖਬਰ ਜਿਹੜੀ ਤੁਹਾਡੇ ਅਸਲ ਲੈ ਕੇ ਆਏ ਆ ਉਹ ਬਹੁਤ ਵੱਡੀ ਹੈ ਅਗਲੇ ਚੰਨ ਦਿਨਾਂ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਅਸੀਂ ਜਿਹੜੀ ਤੁਹਾਨੂੰ ਖਬਰ ਦੇ ਰਹੇ ਆ ਇਹ ਤੁਹਾਨੂੰ ਅਖਬਾਰਾਂ 'ਚ ਟੀਵੀ 'ਚ ਸ਼ਾਜ਼ੇਬ ਖਾਨ ਜ਼ਾਦਾ ਦੇ ਸ਼ੋਅ 'ਚ ਵੀ ਮਿਲੇਗੀ ਠੀਕ ਹੈ ਨਾ ਜਿਹੜੀ ਅਸੀਂ ਹੁਣ ਤੁਹਾਨੂੰ ਖਬਰ ਦੇਣ ਲੱਗੇ ਆ ਖਬਰ ਹੈ ਕਿ ਫੈਸਲ ਵਾਡਾ ਸਾਹਿਬ ਜਿਹੜੇ ਨੇ ਖਾਨ ਸਾਹਿਬ ਦੇ ਬੜੇ ਕਰੀਬੀ ਬੜਾ ਪੈਸਾ ਉਸ ਵੀ ਲਟਾਇਆ ਉਹਦੇ ਕੋਲ ਵੀ ਬੜਾ ਦੋ ਨੰਬਰ ਪੈਸਾ ਹੈ। ਔਰ ਬੜਾ ਕਬਜ਼ਿਆਂ ਦਾ ਔਰ ਪੱਠੇ ਦਾ ਔਰ ਦੋ ਨੰਬਰੀ ਦਾ ਔਰ ਸਮਗਲਿੰਗ ਦਾ ਲੋਕੀ ਕਹਿੰਦੇ ਨੇ ਸਨ ਕਿ ਪਤਾ ਜੀ। ਮਤਲਬ ਘਰ ਬੈਠਾ ਬੈਠਾ ਬੰਦਾ ਅਰਬਪਤੀ ਐਵੇਂ ਤੇ ਨਹੀਂ ਨਾ ਬਣ ਜਾਂਦਾ ਵਾ ਜਦੋਂ ਪਿੱਛੇ ਉਹਦਾ ਨਾ ਹੋਵੇ ਕੋਈ ਸਿਲਸਿਲਾ ਕਾਰੋਬਾਰੀ ਸਿਲਸਿਲਾ ਤੇ ਫਿਰ ਘਰ ਬੈਠਿਆ ਮਿਠਾ ਜਿਹੜਾ ਬੰਦਾ ਅਰਬਪਤੀ ਬੰਦਾ ਖਾਨ ਸਾਹਿਬ ਬਾਹਰ ਉਹਦੇ ਪਿੱਛੇ ਇੱਕ ਦਾਸਤਾਨ ਤੇ ਹੁੰਦੀ ਹੈ ਨਾ। ਅਵਾਡਾ ਸਾਹਿਬ ਜਿਹੜੇ ਨੇ ਇਹ ਪਿਛਲੇ ਕੁ ਇੱਕ ਮਹੀਨੇ ਤੋਂ ਜਦੋਂ ਨੂੰ ਪਤਾ ਲੱਗਾ ਕਿ ਇਹਨੇ ਲਾਂਗ ਮਾਰਚ ਦੇ ਵਿੱਚ 100 ਬੰਦਾ ਜਿਹੜਾ ਨਾ ਉਹ ਉਤਾ ਪਹੁੰਚਾਣਾ ਹੈ ਅਰਸ਼ਦ ਸ਼ਰੀਫ ਕੋਲ ਬੜੀ ਵੱਡੀ ਮੈਂ ਇਹਦੇ ਤੁਹਾਨੂੰ ਕਾਫੀ ਖਬਰਾਂ ਦੇਣੀਆਂ ਨੇ ਜਿਹੜੀਆਂ ਅਗਲੇ ਹਫਤੇ ਚਾਰ ਪੰਜ ਦਿਨ ਬਾਅਦ ਤੁਸੀਂ ਟੀਵੀ ਤੇ ਸੁਣਨੀਆਂ ਨੇ ਤੇ ਮੈਂ ਪਹਿਲੇ ਹੀ ਮੈਂ ਕਿਹਾ ਮੈਂ ਦੱਸ ਦਿਆਂ ਮੈਂ ਜ਼ਰਾ ਉਧਰ ਤੁਸੀਂ ਟਾਈਮ ਕਿਧਰ ਲਾਇਆ ਕਰਨਾ ਇਹ ਨੂੰ ਹੀ ਵਾਰ-ਵਾਰ ਵੇਖ ਲਿਆ ਇਹ ਜਦੋਂ ਉਹ ਜਿਹੜੇ WhatsApp ਗਰੁੱਪਸ ਆਣ ਜਿਹੜੇ ਕਰੀਬੀ ਲੋਕਾਂ ਦੇ 8-10 ਹੁੰਦੇ ਨੇ ਉਹਦੇ ਵਿੱਚ ਜਦੋਂ ਇਹ ਖਬਰ ਚੱਲੀ ਨਾ ਕਿ 100 ਬੰਦਾ ਸੀ ਉ ਤਾਂ ਕੱਲ੍ਹ ਨਾ ਅਸਲ ਸ਼ਰੀਫ ਕੋਲ ਔਰ ਉਸ ਤੋਂ ਬਾਅਦ ਇੱਕ ਮਾਹੌਲ ਬਣਾਣਾ ਹੈ ਖਾਨਾ ਜੰਗੀ ਵਾਲਾ ਮਾਰਸ਼ਲ ਲਾਲ ਆ ਔਰ ਅਸੀਂ ਕਦੀ ਵੀ ਪੀਡੀਐਮ ਦੀ ਹਕੂਮਤ ਨੂੰ ਨਾ ਆਰਮੀ ਚੀਫ ਨਹੀਂ ਲਾਣ ਦੇਣਾ ਔਰ ਅਸੀਂ ਐਸਾ ਕੰਮ ਪਾ ਦੇਣਾ ਕਿ ਫੌਜ ਨੂੰ ਆਪਣੀ ਪੈ ਜਾਏ ਹਕੂਮਤ ਨੂੰ ਆਪਣੀ ਪੈ ਜਾਏ ਸੁਪਰੀਮ ਕੋਰਟ ਨੂੰ ਆਪਣੀ ਪੈ ਜਾਏ ਆਵਾਮ ਨੂੰ ਆਪਣੀ ਆਪਣੀ ਪੈ ਜਾਏ ਰੋਸਤਵਾ ਦਾ ਸੀ ਕਬਜ਼ਾ ਕਰ ਲੈਣਾ ਇਮਾਰਤਾਂ ਤੇ ਇਹ ਮਬਈਨਾ ਤੌਰ ਤੇ ਉਹ ਜਿਹੜਾ ਕਰੀਬੀ 6-7 ਬੰਦਿਆਂ ਦਾ WhatsApp ਗਰੁੱਪ ਹੈ ਨਾ ਉਹਦੇ ਵਿੱਚ ਇਹ ਗੱਲਾਂ ਹੋਈਆਂ ਸਾਰੇ ਸਬੂਤ ਮੌਜੂਦ ਨੇ ਅਦਾਰਿਆਂ ਕੋਲ ਇਹ ਅਗਲੇ 5-7 ਦਿਨਾਂ ਦੇ ਵਿੱਚ ਤੁਸੀਂ ਵੇਖ ਲੈਣਾ ਅਸ਼ਦਾ ਸ਼ਾਹੇਬ ਖਾਨ ਜ਼ਾਦਾ ਸ਼ੌ ਫੈਸਲ ਵਾਡਾ ਨਦੀਮ ਮਲਕ ਤਲਤ ਹਸੈਨ ਇਹ ਸਾਰਿਆਂ ਦੇ ਉੱਤੇ ਇਹ ਗੱਲ ਧੁੰਮੇ ਦੀ ਜਿਹੜੀ ਅਸੀਂ ਤੁਹਾਡੇ ਸਾਹਮਣੇ ਹੁਣ ਪੁਤਾਰ ਰਹੇ ਹਾਂ ਉਹ ਬਾਬਾ ਜੀ ਜਦੋਂ ਨੂੰ ਪਤਾ ਲੱਗਦਾ ਸਾਰੀ ਗੱਲ ਇਹ ਬੰਦਾ ਜਿੰਦਾ ਵੀ ਦੋ ਨੰਬਰ ਹੋਏ ਜਾਂ ਜਿੰਨਾ ਵੀ ਉਹਦਾ ਸਾਖਤਾ ਖਰਾਬ ਹੋਏ ਉਹ ਘਰ ਤੇ ਕਰਾਂ ਜਾਗ ਜਾਂਦੀ ਉਹਨੇ ਕਿਹਾ ਬਈ ਇਹ ਗੜਬੜ ਹੈ ਗੇ ਉਹਨੇ ਸੋਚਿਆ ਬਈ ਉਸੇ ਕੰਟੇਨਰ ਤੇ ਤੇ ਮੈਂ ਹੋਣਾ ਨਿਆਜ਼ੀ ਦੇ ਨਾਲ ਜਿੱਥੇ ਆ ਇਹ ਗੇਮ ਪੈਣੀ ਤੇ ਜੇ ਕਿਧਰੇ ਸਜਿਓ ਖੱਬਿਓ ਗੋਲੀ ਜਿਹੜੀ ਐ ਆੜ ਉੜ ਕੇ ਕਿਧਰੇ ਮੇਰੇ ਤੱਕ ਨਾ ਨਾ ਪਹੁੰਚ ਜਾ ਕਿਉਂਕਿ ਜਿਨ੍ਹਾਂ ਨੇ ਅੰਦਰ ਆ ਕੇ 100 ਬੰਦਾ ਉਥਾਂ ਪਹੁੰਚਾਣਾ ਉਹਨਾਂ ਨੂੰ ਕਿਹੜਾ ਕੋ ਤਮੀਜ਼ ਹੋਣੀ ਹੈ ਉਹਦੇ ਵਿੱਚ ਇਹ ਵੀ ਸੀ ਕਿ 10 ਤੋਂ 12 ਬੰਦੇ ਤਰੀਕੇ ਇਨਸਾਫ ਦੀ ਜਿਹੜੀ ਕਿਆਦਤ ਹੈ ਨਾ ਉਹਨਾਂ ਦੇ ਵੀ ਉਥਾਂ ਪਹੁੰਚਾਣੇ ਨੇ ਅਰਸ਼ਦ ਸ਼ਰੀਫ ਕੋਲ ਉਹਨੂੰ ਆਪਣੀ ਪੈ ਗਈ ਉਹਨੇ ਕਿਹਾ ਕਿਦਰ ਮੈਂ ਵੀ ਤਾਂ ਨਹੀਂ ਵਿੱਚ ਆ ਜਾਣਾ ਉਹ ਫਿਰ ਫਟ ਪਿਆ ਉਹਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਉਹਨੇ ਆ ਕੇ ਸਾਰਾ ਕੁਝ ਦੱਸਿਆ ਜੀ 100 ਬੰਦੇ ਉਥਾਂ ਪਹੁੰਚਾਣ ਦਾ ਪਲਾਨ ਹੈ ਇਹ ਸਾਰੇ ਸਬੂਤ ਨੇ ਇਹ ਸਾਰੇ ਮੈਸੇਜ ਨੇ ਤੇ ਸੁਪਰੀਮ ਕੋਰਟ ਵਾਲੇ ਤੁਸੀਂ ਵੀ ਇਹਨੂੰ ਰੋਕ ਲੋ ਫੌਜ ਵਾਲੇ ਤੁਸੀਂ ਵੀ ਰੋਕ ਲੋ ਹਕੂਮਤ ਵਾਲੇ ਤੁਸੀਂ ਵੀ ਧਿਆਨ ਕਰ ਉਸ ਤੋਂ ਬਾਅਦ ਉਹਨੂੰ ਪਾਰਟੀ ਤੋਂ ਕੱਢ ਦਿੱਤਾ ਪਾਰਟੀ ਤੋਂ ਫਰਕ ਕਰ ਦਿੱਤਾ ਨਾਲ ਫਿਰ ਉਹਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਹੈ ਕਿ ਅਰਸ਼ਦ ਸ਼ਰੀਫ ਨੂੰ ਉਤਾਂ ਕਿਸ ਪਹੁੰਚਾਇਆ ਇੱਥੇ ਹੁਣ ਖਬਰ ਜਿਹੜੀ ਹੈ ਇਹ ਸ਼ੁਰੂ ਹੁੰਦੀ ਹੈ ਜਿਹੜੀ ਮੈਂ ਤੁਹਾਨੂੰ ਬ੍ਰੇਕਿੰਗ ਖਬਰ ਦੇਣੀ ਹੈ ਜਿਹੜੀ ਤੁਸੀਂ ਅਗਾ ਜਾ ਕੇ ਅੱਧੂ ਚੌਂ ਦਿਨਾਂ ਦੇ ਵਿੱਚ ਤੁਸੀਂ ਸੁਣਨੀ ਫੈਸਲਵਾੜਾ ਜਿਹੜਾ ਨਾ ਅੱਲਾ ਯਾਤੀ ਦੇਸੂ ਇਹ ਬਣ ਜਾਂਦਾ ਵਾਦਾ ਮਾਫਗੁਆ ਸੱਜਣ ਪਿਆਰਾ ਰਾਜ ਦੁਲਾਰਾ ਇਹ ਬਣ ਜਾਂਦਾ ਵਾਦਾ ਮਾਫਗੁਆ ਇਹ ਹੁਣ ਪੇਸ਼ ਹੋ ਜਾਂਦਾ ਮੁxtਲਫ ਅਦਾਰਿਆਂ ਦੇ ਸਾਹਮਣੇ ਜ਼ੈਰੀ ਗੱਲ ਐਫ ਆਈ ਆ ਨੇ ਬੁਲਾਇਆ ਉਹਨਾਂ ਨੇ ਕਿ ਆ ਜਾ ਨਾ ਜ਼ਰਾ ਮਿਠਿਆ ਤੂੰ ਦੱਸ ਬਈ ਅਰਸ਼ਦ ਸ਼ਰੀਫ ਨੂੰ ਉਤਾਂ ਕਿਸ ਕਿਸ ਪਹੁੰਚਾਇਆ ਤੇਰੇ ਕੋਲ ਕਿਹੜਾ ਕਿਹੜਾ ਸਬੂਤ ਹੈ ਤੇ ਨਿਆਜ਼ੀ ਦੇ ਲਾਂਗ ਮਾਰਚ ਦੇ ਵਿੱਚ 100 ਬੰਦਾ ਜਿਹੜਾ ਉਤਾ ਪਹੁੰਚਾਣਾ ਸੀ ਉਹਦੇ ਜਿਹੜੇ ਸਾਰੇ ਮੈਸੇਜ ਨੇ ਉਹ ਸਾਰੇ ਆ ਗਏ ਇੱਥੇ ਦੇ ਰਿਕਾਰਡ ਤੇ ਤੇ ਤੇਨੂੰ ਕੁਝ ਨਹੀਂ ਕਿਹਾ ਜਾਏਗਾ ਕਹਨ ਵਾਲੇ ਕਹਿੰਦੇ ਨੇ ਇਹ ਅਗਲੇ ਚੰਦ ਦਿਨਾਂ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਅਸੀਂ ਵੇਖੋ ਨਾ ਕਿਸਾਨ ਤੇ ਕਿਸੇ ਨੇ ਕਿਹਾ ਕਿ ਚੱਟਾ ਸਾਹਿਬ ਇੰਜ ਦੀ ਕੋਈ ਗੱਲ ਕਰਦਾ ਹੈ ਪਿਆ ਅਸੀਂ ਕਹਾਂ ਚਲੋ ਅਸੀਂ ਆਪਣੇ ਮਿੱਠਿਆਂ ਨੂੰ ਦੱਸ ਦਿੰਨੇ ਆ ਕਿਸੇ ਤੇ ਕੰਮ ਆ ਜਾ ਉਹ ਫਿਰ ਅੱਜ ਹੁੰਦਾ ਹੈ ਪੇਸ਼ ਮੁਖਤਲਫ ਅਦਾਰਿਆਂ ਦੇ ਵਿੱਚ ਹੋ ਸਕਦਾ ਐਫਆਈਏ ਦੇ ਕੋਲ ਪੇਸ਼ ਹੋਇਆ ਹੋਵੇ ਹੋ ਸਕਦਾ ਕਿਸੇ ਹੋਰ ਕੋਲ ਪੇਸ਼ ਹੋਇਆ ਹੋਵੇ ਹੋ ਸਕਦਾ ਪੀਰਨੀ ਕੋਲ ਪੇਸ਼ ਆਇਆ ਹੋਵੇ ਇਹ ਪੇਸ਼ ਹੋ ਕੇ ਉੱਥੇ ਕਹਿਣ ਵਾਲੇ ਕਹਿੰਦੇ ਨੇ ਕਿ ਇਹਨੇ ਸਾਰੇ ਸਬੂਤ ਜਿਹੜੇ ਨੇ ਉਹ ਦੇ ਦਿੱਤੇ ਨੇ ਅਰਸ਼ਦ ਸ਼ਰੀਫ ਵਾਲਾ ਜਿਹੜਾ ਸੌਦਾ ਸੀ ਉਹ ਵੀ ਵਾ ਉਹਨੂੰ ਕਿੰਨੇ ਕਿੰਨੇ ਉੱਥਾਂ ਪਹੁੰਚਾਇਆ ਔਰ ਉਸ ਤੋਂ ਬਾਅਦ ਕਿਹੜਾ ਕਿਹੜਾ ਉਹ ਬੰਦਾ ਸੀ ਜਿਹਨੇ ਪੈਸੇ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਗੱਲ ਧਮਾਈ ਕਿ ਫੌਜ ਤੇ ਪਾ ਦਿਓ ਕੰਮ ਆਪਾਂ ਅਗੇ ਤੇ ਕੰਮ ਉਹਦਾ ਮੁੱਦਾ ਜਿਹੜਾ ਫੌਜ ਤੇ ਪਾ ਦਿਓ ਪਾ ਦਿੱਤਾ ਹੁਣ ਹਜੇ ਤੱਕ ਲੋਕੀ ਜੁੜੇ ਹਜੇ ਤੱਕ ਜੁੜੀ ਇਹ ਦੁਨੀਆ ਕੇ ਅਰਸ਼ਦ ਸ਼ਰੀਫ ਨੂੰ ਫੌਜ ਨੇ ਕਤਲ ਕਰਾਇਆ ਹਜੇ ਤੱਕ ਜੁੜੇ ਅੱਛੇ ਤੇ ਪਹਿਲੇ ਦਿਨ ਤੁਹਾਨੂੰ ਕਹਿ ਦਿੱਤਾ ਸੀ ਕਿ ਕਾਲੀ ਚਰਨ ਔਰ ਬਨੀਗਾਲ ਬਨੀਗਾਲਾ ਇਹ ਮਲਵਸ ਹੈ ਲੇਕਿਨ ਸਾਡੀ ਕੌਣ ਸੁਣਦਾ ਉਹਨਾਂ ਨੇ ਜਨਾਬ ਇਹ ਉਹਨਾਂ ਨੇ ਕਿਹਾ ਅੱਛਾ ਅਰਸ਼ਦ ਸ਼ਰੀਫ ਦੇ ਬਾਰੇ ਵੀ ਸਾਰੇ ਸਬੂਤ ਜਮਾ ਕਰਾ ਦੇ ਔਰ ਨਿਆਜ਼ੀ ਦੇ ਲਾਂਗ ਮਾਰਚ ਦੇ ਵਿੱਚ ਜਿਹੜੇ ਉਹ ਅਫਗਾਨੀ ਨਾਨਕੇ ਖਾਨ ਸਾਹਿਬ ਦੇ ਜਿਹੜੇ ਆਏ ਨੇ ਜਿਹੜੇ ਸਾ ਖਬਰ ਤੁਹਾਡੇ ਸਾਹਮਣੇ ਥੋੜੀ ਸੀ ਕਿ ਇਸਲਾਮਾਬਾਦ ਦੇ ਨਾਲ ਬੈਠੇ ਨੇ ਅੰਦਰ ਟ੍ਰੇਨਿੰਗ ਲੈ ਕੇ ਤੇ ਉਹਨਾਂ ਇਹ ਕੰਮ ਕਰਨਾ ਉਹ ਫਿਰ ਛਾਪੇ ਵੱਜੇ ਉਹ ਫੜੇ ਗਏ ਔਰ ਨਸ ਗਏ ਕਈ ਕਈ ਫੜੇ ਗਏ ਹਜੇ ਵੀ ਫੜੇ ਨੇ ਕਈ ਉਹਨਾਂ ਕਿਹਾ ਅੱਛਾ ਉਹ ਵੀ ਤਫਸੀਲ ਦੇ ਬੇ ਇੱਕ ਕਿੰਨੂੰ ਕਿੰਨੂੰ ਉਥਾਂ ਚੁਕਣਾ ਸੀ ਤੇ ਕਿਵੇਂ ਕਰਕੇ ਮਾਹੌਲ ਬਣਨਾ ਸੀ ਤੇ ਕਿਹੜੇ ਮੈਸੇਜ ਨੇ ਤੇ ਕਿਹੜੀਆਂ ਗੱਲਾਂ ਨੇ ਤੇ ਕਿਹੜੀਆਂ ਬਾਤਾਂ ਨੇ ਅੰਦਰ ਖਾਤੇ ਦੀਆਂ ਇਹ ਸਾਰਾ ਕੁਝ ਦੇ ਦੇ ਉਹ ਫਿਰ ਕਹਿਣ ਵਾਲੇ ਕਹਿ ਰਹੇ ਨੇ ਕਿ ਫੈਸਲਾ ਵੱਡਾ ਜਿਹੜਾ ਉਹਨੇ ਸਾਰਾ ਕੁਝ ਤੇ ਜਿੱਤ ਤੁਹਾਨੂੰ ਕਹੇ ਜੀ ਇਹ ਅਰਸ਼ਦ ਸ਼ਰੀਫ ਵਾਲਾ ਕੇਸ ਚ ਇਹਦੇ ਚ ਇਹ ਇਹ ਸਾਰਾ ਮੌਸਮੀਅਤ ਦਾ ਮਹਿਕਮਾ ਤੇ ਇਹ ਜਿਹੜਾ ਲਾਂਗ ਮਾਰਚ ਦੇ ਵਿੱਚ ਜਿਹੜਾ ਨੇ ਪਲਾਨ ਬਣਾਇਆ ਸੀ ਖਾਨਾ ਜੰਗੀ ਵਾਲਾ ਬੰਦੇ ਉਧਾਂ ਚੜਨ ਦਾ ਔਰ ਕਿਆਦਤ ਜਿਹੜੀ ਇਹ ਉਹਨਾਂ ਨੂੰ ਉਧਾਂ ਚੜਨ ਦਾ ਇਹ ਸਾਰਾ ਉਹ ਪਲਾਨ ਜੇ ਮੁਬਈਨਾ ਤੌਰ ਤੇ ਤੇ ਇਹ ਹੁਣ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣਾ ਮਤਲਬ ਕਿ ਇਹਦੇ ਵਿੱਚ ਹੁਣ ਜੋ ਕੁਸ਼ਕੈਨ ਵਾਲੇ ਕਹਿੰਦੇ ਨੇ ਉਹਨੇ ਉੱਥੇ ਦਿੱਤਾ ਬਈ ਅਰਸ਼ਦ ਸ਼ਰੀਫ ਵਾਲਾ ਮਾਮਲਾ ਵੀ ਵਿੱਚ ਕਿਉਂਕਿ ਉਥੋਂ ਜਿਹੜੀ ਉਹ ਉਹ ਦੋ ਰੁਕਣੀ ਟੀਮ ਗਈ ਸੀ ਉਹ ਤਫ਼ਤੀਸ਼ ਵੀ ਕਰਕੇ ਆ ਗਈ ਤੇ ਜਦੋਂ ਉਹ ਤਫ਼ਤੀਸ਼ ਕਰਕੇ ਆ ਗਈ ਤੇ ਜ਼ੈਰੀ ਗੱਲ ਇਹ ਉਹਨਾਂ ਵੀ ਤੇ ਬੜਾ ਕੁਝ ਆਂਦਾ ਹੈ ਨਾ ਉੱਥੋਂ ਉਹ ਜਿਹੜਾ ਮੁੰਡਾ ਖੁਰਮ ਸੀ ਤੇ ਇੱਕ ਮੁੰਡਾ ਹੋਰ ਸੀ ਉਹਨਾਂ ਰਲ ਕੇ ਉੱਥੇ ਹੀ ਉਹਦਾ ਕੀਤਾ ਕਰਨ ਤੋਂ ਬਾਅਦ ਫਿਰ ਉਹ ਸਾਰੀ ਸਟੋਰੀ ਬਣਾਈ ਪੁਲਸ ਵਾਲਿਆਂ ਨੂੰ ਪੈਸੇ ਦਿੱਤੇ ਤੇ ਉਹ ਫਿਰ ਉਹਨਾਂ ਦੇ ਜਿਹੜੇ ਮੈਸੇਜ ਨੇ ਉਹ ਕਿੱਥੇ ਕਿੱਥੇ ਗਏ ਕਾਲੀ ਚਰ ਨੇ ਅਮਰੀਕਾ ਜੋ ਕੀ ਕੀਤਾ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਨੂੰ ਕਿੰਨੇ ਮੈਸੇਜ ਕੀਤੇ ਆ ਕਿ ਗੱਲ ਤੁਹਾਡੀ ਸਾਰੀਆਂ ਚੀਜ਼ਾਂ ਤੇ ਰਿਕਾਰਡ ਚ ਆ ਗਈਆਂ ਨੇ ਨਾ ਕਿ ਖੁਰਾ ਜਿਵੇਂ ਰਾਣਾ ਸੁਨਾਉਲਾ ਕਹਿੰਦਾ ਵੇ ਖੁਰਾ ਦਾ ਬਣੀ ਗੱਲ ਐ ਇੱਥੇ ਜਾਂਦਾ ਤੇ ਅਸੀਂ ਤੇ ਪਹਿਲੇ ਦਿਨ ਕਹਿੰਦਾ ਅਸੀਂ ਪੇ ਖੁਰਾ ਉੱਥੇ ਜਾਂਦਾ بڑے ਰੌਲੇ ਤੇ ਬੜੀਆਂ ਗੇਮਾਂ ਨੇ ਨਾ ਠੀਕ ਹੈ ਨਾ ਮਿਠਾ ਜੀ ਤੇ ਇਸ ਵਾਸਤੇ ਫੈਸਲ ਵੱਡਾ ਜਿਹੜਾ ਔਰ ਹੋਰ ਵੀ ਕੁਝ ਲੋਕ ਕਹਿਣ ਵਾਲੇ ਕਹਿੰਦੇ ਨੇ ਕਿ ਉਹਨਾਂ ਵੀ ਆਣਾ ਹੈ ਅਗਲੇ ਚੰਨ ਦਿਨਾਂ ਦੇ ਵਿੱਚ ਆ ਕੇ ਤੇ ਕੁਝ ਚੀਜ਼ਾਂ ਦੇਣੀਆਂ ਨੇ ਦੱਸਣੀਆਂ ਨੇ ਕਹਿਣਾ ਜੀ ਇਹ ਵੀ ਚੀਜ਼ਾਂ ਇਹਨੇ ਕੀਤੀਆਂ ਜੇ ਇਹ ਵੀ ਇਹ ਕਰਦਾ ਦਸੀਂ ਇੰਜ ਵੀ ਕਰ ਲਵੋ ਇੰਜ ਵੀ ਕਰ ਲਵੋ ਸਾਡਾ ਮਿਸ਼ਨ ਬੜਾ ਵੱਡਾ ਹੈ ਅਸਾਂ ਇਹ ਆਰਮੀ ਚੀਫ ਨਹੀਂ ਲੱਗਣ ਦੇਣਾ ਅਸਾਂ ਆਪਣਾ ਬੰਦਾ ਲਾਣਾ ਹੈ ਅਸਾਂ ਫੌਜ ਖਤਮ ਕਰਨੀ ਹੈ ਅਸਾਂ ਹਕੀਕੀ ਆਜ਼ਾਦੀ ਲੈਣੀ ਹੈ ਅਸਾਂ ਅਸਾਂ ਪਤਾ ਨਹੀਂ ਕੀ ਕੀ ਲੈਣਾ ਹੈ ਠੀਕ ਹੈ ਨਾ ਅਜੇ ਬੜਾ ਕੁਝ ਹੋਣਾ ਅਜੇ ਤਾਂ ਕੁਝ ਇਦਾਂ ਜੇ ਕੁਝ ਵੀ ਨਹੀਂ ਹੋਇਆ ਨਾ ਗ੍ਰਿਫਤਾਰ ਹੋਇਆ ਨਾ ਕੋਈ ਜੇ ਕੋਈ ਪੂਰਾ ਪਰਚਾ ਦਰਜ ਹੁੰਦਾ ਨਾ ਅਦਾਲਤਾਂ ਇਹਨੂੰ ਅਦਾਲਤਾਂ ਸਟੇ ਦਿੱਤੀ ਜਾਂਦੀਆਂ ਨੇ ਇਹ ਪਰਚਾ ਵੀ ਪੂਰਾ ਕੁਸਾਨ ਜੇ ਦੇਂਦੇ ਨੇ ਤੇ ਅਦਾਲਤ ਸਟੇ ਦੇ ਦਿੰਦੀ ਹੁਣ 26 27 ਪਰਚੇ ਨੇ ਸਾਰਿਆਂ ਚ ਸਟੇਜ ਤੇ ਅਦਾਲਤ ਨੇ ਬੈ ਇਹਨੂੰ ਆਠ ਨਾਲ ਲਾਇਆ ਜੇ ਹੁਣ ਉਸ ਲੱਤਾਂ ਮੰਨ ਲਈਆਂ ਨੇ ਅਜੀਬੋ ਗਰੀ ਬਰੋਲੇ ਨੇ ਲੇਕਿਨ ਫੈਸਲ ਵਾਢਾ ਜਿਹੜਾ ਉਹਨੇ ਆਪਣਾ ਫਰਜ਼ ਅਦਾ ਕਰ ਦਿੱਤਾ ਔਰ ਮੈਂ ਸਮੀਨਾ ਭਾਈ ਬੰਦਾ ਜਿਹੜਾ ਵੀ ਬੁਰਾ ਹੋਵੇ ਜਦੋਂ ਕੌਮ ਔਰ ਮੁਲਕ ਆਸ ਤੇ ਖੜਾ ਹੋ ਜਾਏ ਉਹਦੀਆਂ ਸਾਰੀਆਂ ਬੁਰਾਈਆਂ ਤੇ ਪਾਣੀ ਫੇੜ ਜਾਂਦਾ ਤੇ ਮੈਂ ਫੈਸਲ ਵਾਢਾ ਨੂੰ ਸਲਾਮ ਪੇਸ਼ ਕਰਨਾ ਕਿ ਉਹਨੇ ਇਹ ਜਿਹੜਾ ਕਦਮ ਉਠਾਇਆ ਇਹਦੇ ਤੇ ਉਹ ਉਹ ਦਾਦ ਦਾ ਹੱਕਦਾਰ ਹੈ ਔਰ ਮੈਂ ਅਦਾਰਿਆਂਗੇ ਵੀ ਅਪੀਲ ਕਰਨਾ ਕਿ ਮਿੱਠਾ ਖੁਦਾ ਦਾ ਨਾਮ ਜੇ ਹੋਣ ਇਹ ਨਪਟਾ ਦਿਓ ਕੰਮ। ਮੁਲਕ ਦਾ ਮਾਮਲਾ ਨਪਟਾ ਦਿਓਗੇ ਤੇ ਇਹ ਮੁਲਕ ਬਹੁਤ ਅੱਗੇ ਨਿਕਲ ਜਾਏਗਾ ਤੇ ਜੇ ਇਹਨੂੰ ਮਦਾਨੀ ਦੇ ਵਿੱਚ ਰੜਕਦੇ ਰਹੋਗੇ ਤੇ ਹੋਰ ਨੁਕਸਾਨ ਹੋਏਗਾ ਮੁਲਕ ਦਾ। ਤੇ ਕਹਿੰਦਾ ਮਿੱਠਾ ਜੀ ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਮਿੱਠੇ ਧਾਰੇ ਜਿਹੜੇ ਨੇ ਉਹ ਹੋਣ ਉਸ ਪਾਸੇ ਜਾਣਗੇ ਕਿ ਮਕਾਓ ਯਾਰ ਰੌਲਾ ਮੁਲਕ ਫਸੇ ਆ ਮੁਸ਼ਕਲੇ ਚ ਬਹੁਤ ਸ਼ੁਕਰੀਆ।